तेजस गिल दी तेजस कहानी ਕਹਿਣ ਵਾਲੀ ਹੈ ਕੰਗਨਾ ਰਣੌਤ 8 ਤਰੀਕ ਨੂੰ ਆਜੇਗਾ ਟ੍ਰੇਲਰ 7 ਤਰੀਕ ਨੂੰ ਆਣੀ ਹੈ ਫਿਲਮ ਯਾਨੀ ਕਿ ਇਨਸਪੀਰੇਸ਼ਨ ਦਾ ਪੂਰਾ ਡੋਸ ਸਭ ਨੂੰ ਮਿਲਣ ਵਾਲਾ ਹੈ ਬਿਲਕੁਲ ਕੱਲ ਕਰ ਰਹੇ ਹਾਂ ਜੀ ਫਿਲਮ ਤੇਜਸ ਦੀ ਜਿਸ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਕੰਗਨਾ ਰਣੌਤ ਦਾ ਇਸ ਦੇ ਵਿੱਚ ਲੀਡ ਕਿਰਦਾਰ ਹੈ ਤੇਜਸ ਗਿਲ ਦੀ ਕਹਾਣੀ ਨੂੰ ਵੱਡੇ ਪਰਦੇ ਤੇ ਪੇਸ਼ ਕਰਨ ਵਾਲੀ ਹੈ ਕੰਗਨਾ ਰਣੌਤ ਖਾਸ ਤੌਰ ਤੇ ਨਾ ਇਸ ਤਰ੍ਹਾਂ ਦੀਆਂ ਫਿਲਮਾਂ ਬਹੁਤ ਇੰਪੋਰਟੈਂਟ ਰੋਲ ਰੱਖਦੀਆਂ ਨੇ ਬਾਲੀਵੁੱਡ ਦੇ ਵਿੱਚ ਵੀ ਓਵਰঅল ਫਿਲਮ ਇੰਡਸਟਰੀ ਦੇ ਵਿੱਚ ਜਿੱਥੇ ਸਾਡੀ ਆਰਮਡ ਫੋਰਸਸ ਦੀ ਜਿਹੜੀ ਖਾਸ ਕਹਾਣੀ ਹੈ ਉਹਨਾਂ ਨੂੰ ਕਿਹਾ ਜਾਂ ਇਨ ਪਾਇਲਟ ਨੇ ਤੇ ਉਹਨਾਂ ਨੇ ਕਿਸ ਤਰ੍ਹਾਂ ਦੀ ਉਹਨਾਂ ਦੀ ਸਟਰਗਲ ਰਹੀ ਹੈ ਤੇ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਇਸ 에ਅਰ ਫੋਰਸ ਨੂੰ ਸਰਵ ਕੀਤਾ ਹੈ ਉਹ ਸਾਰਾ ਕੁਝ ਉਸ ਦੇ ਵਿੱਚ ਦਿਖਾਇਆ ਜਾਏਗਾ ਕਿਹਾ ਜਾਂਦਾ ਹੈ ਕਿ ਕਹਾਣੀ ਬਹੁਤ ਇਨਸਪਾਇਰਿੰਗ ਹੈ ਤੇ ਇਹਨਾਂ ਕਹਾਣੀਆਂ ਨੂੰ ਨਾ ਕਹਿਣਾ ਬਹੁਤ ਇੰਪੋਰਟੈਂਟ ਇਸ ਕਰਕੇ ਵੀ ਹੁੰਦਾ ਹੈ ਕਿਉਂਕਿ ਇਹ ਰੀਅਲ ਲਾਈਫ ਹੀਰੋਜ਼ ਨੇ ਜਿਸ ਨੂੰ ਰੀਅਲ ਲਾਈਫ ਹੀਰੋਜ਼ ਜੋ ਨੇ ਉਹ ਨਿਭਾ ਕੇ ਪਰਦੇ ਦੇ ਉਤੇ ਉਹਨਾਂ ਦੀ ਕਹਾਣੀ ਨੂੰ ਚੰਗੀ ਤਰ੍ਹਾਂ ਲੋਕਾਂ ਤੱਕ ਪਹੁੰਚਾਉਂਦੇ ਨੇ ਕਈ ਲੋਕ ਕਹਿੰਦੇ ਨੇ ਕਿ ਯਾਰ ਇਹ ਬਾਇਓਪਿਕਸ ਬਣਦੀਆਂ ਕਿਉਂ ਨੇ ਇਹ ਬਾਇਓਪਿਕਸ ਬਣਨ ਦੀ ਰੀਜ਼ਨ ਤੇ ਲੋੜ ਇਹ ਹੈ ਕਿ ਇਹ ਕਹਾਣੀਆਂ ਜਿਹੜੀ ਹੁੰਦੀਆਂ ਨੇ ਖ ਸਰਦੀ ਕੋਈ ਵੀ ਚੀਜ਼ ਜਦੋਂ ਫਿਲਮ ਬਣ ਕੇ ਸਾਹਮਣੇ ਆਉਂਦੀ ਹੈ ਉਹ ਸਭ ਦੇ ਦਿਮਾਗ ਦੇ ਵਿੱਚ ਛਪ ਜਾਂਦੀ ਹੈ ਫੋਰ ਐਗਜ਼ਾਮਪਲ ਅਗਰ ਅਸੀਂ ਗੱਲ ਕਰੀਏ ਨੀਰਜਾਦੀ ਨੀਰਜਾ ਦੇ ਬਾਰੇ ਕਾਫੀ ਲੋਕ ਜਾਣਦੇ ਨੇ ਉਹਨਾਂ ਦੇ ਬਾਰੇ ਪੜਿਆ ਹੋਇਆ ਹੈ ਲੇਕਿਨ ਉਹਨਾਂ ਦੀ ਕਹਾਣੀ ਐਕਚੁਅਲ ਵਿੱਚ ਕੀ ਸੀ ਐਕਚੁਅਲ ਵਿੱਚ ਕਿਸ ਤਰ੍ਹਾਂ ਨਾਲ ਕੀ ਹੋਇਆ ਸੀ ਉਹ ਫਿਲਮ ਤੋਂ ਬਾਅਦ ਲੋਕਾਂ ਨੂੰ ਵੱਧ ਪਤਾ ਲੱਗਾ ਤੇ ਇਹੀ ਸਭ ਕੁਝ ਹਮੇਸ਼ਾ ਅਸੀਂ ਦੇਖਿਆ ਹੈ ਕਿ ਜਦ ਵੀ ਕੋਈ ਫਿਲਮ ਕਿਸੇ ਦੀ ਰੀਅਲ ਲਾਈਫ ਤੇ ਬਣਦੀ ਹੈ ਨਾ ਉਹ ਕਹਾਣੀ ਲੋਕਾਂ ਦੇ ਮਨ ਦੇ ਵਿੱਚ ਛਪ ਜਾਂਦੀ ਹੈ ਫਿਲਹਾਲ ਹੁਣ ਫਿਲਮ ਕੈਸੀ ਬਣੀ ਹੈ ਕੰਗਰਨਰਨੋਤ ਨੇ ਕਿਰਦਾਰ ਕਿਹੋ ਜਿਹਾ ਕੀਤਾ ਹੈ ਐਕਸਾਈਟਮੈਂਟ ਐਜ਼ ਅ ਟ੍ਰੇਲਰ ਦੇ ਲਈ ਹੈ ਜੋ ਕਿ 8 ਤਰੀਕ ਨੂੰ ਆਏਗਾ ਸਾਡੇ ਵੱਲੋਂ ਕੰਗਨਾ ਨੂੰ ਆਲ ਦਾ ਬੈਸਟ